ਚੱਕ ਸਸਤੇ ਕਰਤੇ ਨੀ ਦਰਸ਼ਨ ਹੁਣ ਮਿੱਤਰਾਂ ਨੇ ਮਹਿੰਗੇ। ਇਹ ਗਾਣਾ ਪਿਛਲੇ ਦਿਨਾਂ ਤੋਂ ਕਾਫੀ ਵੱਜ ਰਿਹਾ ਸੀ ਤੇ ਗਾਣਾ ਕਿਉਂ ਵੱਜ ਰਿਹਾ ਸੀ ਕਿਉਂਕਿ ਫਿਲਮ ਆ ਰਹੀ ਸੀ ਜੀ ਲਾਈਏ ਯੇ ਯਾਰੀਆਂ ਤੇ ਉਹ ਫਿਲਮ ਅੱਜ ਹੋ ਚੁੱਕੀ ਹੈ ਰਿਲੀਜ਼ ਤੇ ਅਸੀਂ ਪਹੁੰਚੇ ਹੋਏ ਆ ਬੈਸਟੈਕ ਮਾਲ ਮੋਹਾਲੀ ਤੇ ਆਪਾਂ ਚਲੋ ਜੀ ਦੇਖਦੇ ਅੰਦਰ ਜਾ ਕੇ ਫਿਲਮ ਤੇ ਫਿਲਮ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਫਿਲਮ ਕਿਹੋ ਜਿਹੀ ਬਣੀ ਆ ਤੇ ਲੋਕਾਂ ਨੇ ਇਹਨੂੰ ਕਿੰਨਾ ਪਸੰਦ ਕੀਤਾ। ਆ ਜਾਓ ਮੇਰੇ ਨਾਲ ਤੁਸੀਂ ਆਪਾਂ ਜਾਂਦੇ ਹਾਂ ਤਾਂ ਦੇਖਦੇ ਹਾਂ ਫਿਲਮ ਨੂੰ। ਅਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਬੈਸਟੈਕ ਮਾਲ ਮੋਹਾਲੀ ਵਿਖੇ ਅਤੇ ਜਿੱਥੇ ਅੱਜ ਅਮਰਿੰਦਰ ਗਿੱਲ ਜੀ ਦੀ ਫਿਲਮ ਲਾਈਏ ਜੇ ਯਾਰੀਆਂ ਦਾ ਆਪਾਂ ਸ਼ੋਅ ਦੇਖਿਆ ਅਤੇ ਸ਼ੋਅ ਦੇਖਣ ਤੋਂ ਬਾਅਦ ਆਪਾਂ ਹੁਣ 1 by 1 ਆਡੀਅੰਸ ਦੇ ਕੋਲੋਂ ਲੈਣੇ ਆ ਫਿਲਮ ਦੇ ਰਿਵਿਊਜ਼। ਤੁਸੀਂ ਵੀ ਮੇਰੇ ਨਾਲ ਆ ਜਾਓ। ਕਿੱਦਾਂ ਲੱਗੀ ਤੁਹਾਨੂੰ ਫਿਲਮ? ਬਹੁਤ ਵਧੀਆ ਜੀ, ਬਹੁਤ ਵਧੀਆ। ਅਤੇ ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗੀ ਜੀ? ਅਮਰਿੰਦਰ ਗਿੱਲ। ਅਮਰਿੰਦਰ ਗਿੱਲ। ਅਤੇ ਕਿੰਨੇ ਸਟਾਰ 5 ਜੋ ਫਿਲਮ? 5 ਦੇ 5। ਸਰ ਕਿੱਦਾਂ ਲੱਗੀ ਤੁਹਾਨੂੰ? ਬਹੁਤ ਵਧੀਆ ਜੀ। ਕਿੱਦਾਂ ਲੱਗੀ ਫਿਲਮ? ਬਹੁਤ ਵਧੀਆ। ਭਾਜੀ ਕਿੱਦਾਂ ਲੱਗੀ? ਬਹੁਤ ਵਧੀਆ ਵੀਰੇ। ਕਿੰਨੇ ਨੰਬਰ 5 ਜੋ? 5। ਸਰ ਕਿੱਦਾਂ ਲੱਗੀ ਤੁਹਾਨੂੰ ਫਿਲਮ? ਬਹੁਤ ਵਧੀਆ ਫਿਲਮ ਹੈ। ਕਿੰਨੇ ਨੰਬਰ 5 ਜੋ? 4.5। 4.5 ਜੀ। ਹਾਂਜੀ। ਬਹੁਤ ਵਧੀਆ, ਬਹੁਤ ਵਧੀਆ ਲੱਗੀ। ਸਭ ਤੋਂ ਵਧੀਆ ਕੰਮ ਕਿਹਦਾ ਲੱਗਾ ਭਾਜੀ? ਸਭ ਤੋਂ ਵਧੀਆ ਕੰਮ ਜਿਹੜਾ ਲੱਗਿਆ ਉਹ ਸੱਜਣਾ ਦੀਪ ਜੀ ਦਾ ਲੱਗਿਆ। ਸੱਜਣਾ ਦੀਪ ਜੀ ਦਾ? ਜੀ ਜੀ। ਸਰ ਕਿੱਦਾਂ ਲੱਗੀ ਫਿਲਮ? ਵਧੀਆ, ਬਹੁਤ ਘੈਂਟ ਬਣੀ। ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗੀ ਜੀ? ਅਮਰਿੰਦਰ ਭਾਈ। ਅਮਰਿੰਦਰ ਭਾਈ ਜੀ, ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। 5 ਕਿੰਨੇ ਨੰਬਰ? 5 or 4। ਥੈਂਕ ਯੂ, ਥੈਂਕ ਯੂ, ਥੈਂਕ ਯੂ। ਸਤਿ ਸ਼੍ਰੀ ਅਕਾਲ। ਬੋਲੋ। ਸਤਿ ਸ਼੍ਰੀ ਅਕਾਲ। ਅੱਜ ਕਿੱਦਾਂ ਲੱਗੀ ਫਿਲਮ ਤੁਹਾਨੂੰ? ਬਹੁਤ ਵਧੀਆ ਮੂਵੀ ਹੈ ਜੀ। ਸਭ ਤੋਂ ਵਧੀਆ ਕੰਮ ਕਿਹਦਾ ਲੱਗਾ ਜੀ? ਸਭ ਤੋਂ ਵਧੀਆ ਕੰਮ ਆਪਣਾ ਅਮਰਿੰਦਰ ਗਿੱਲ ਜੀ ਜੀ ਤੇ ਇਹਨਾਂ ਦੀ ਸਾਰੀ ਬਹੁਤ ਅੱਛੀ ਮੂਵੀ। 5 ਕਿੰਨੇ ਨੰਬਰ ਫਿਲਮ ਨੂੰ? 5 of 5 ਜੀ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਅੰਡ ਜੀ, ਕਿਵੇਂ ਲੱਗੀ ਲਾਈਏ ਜੀ ਜਿਹੜੀ ਫਿਲਮ? ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਸਭ ਤੋਂ ਵਧੀਆ ਕਿਹੜੀ ਚੀਜ਼ ਲੱਗੀ ਇਸ ਫਿਲਮ ਦੇ ਵਿੱਚ? ਸਾਰੀ ਐਕਟਰਸ ਦੀ ਐਕਟਿੰਗ ਬਹੁਤ ਅੱਛੀ। ਕਿੰਨੇ ਨੰਬਰ? 5 of 5 ਦੇ ਰਹੀ ਹਾਂ ਮੈਂ ਤਾਂ। ਠੀਕ ਹੈ ਜੀ, ਧੰਨਵਾਦ, ਬਹੁਤ 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 ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਲੱਗੀ ਫਿਲਮ ਤੁਹਾਨੂੰ ਜੀ? ਬਹੁਤ ਵਧੀਆ ਜੀ। ਕਿੰਨੇ ਨੰਬਰ 5 of 5 ਜੀ? 5 of 5। ਜੀ ਬਹੁਤ ਬਹੁਤ ਧੰਨਵਾਦ ਜੀ। ਭਾਜੀ ਕਿੱਦਾਂ ਲੱਗੀ ਫਿਲਮ? ਬਹੁਤ ਵਧੀਆ ਭਾਜੀ। ਸੋਹਣੀ ਕੌਣ ਲੱਗੀ, ਰਬੀਨਾ ਬਾਜਵਾ ਜੀ, ਰੂਪੀ ਗੱਲ? ਰੂਪੀ ਗੱਲ ਜ਼ਿਆਦਾ ਘੈਂਟ ਹੈ। ਠੀਕ ਹੈ ਭਾਜੀ, ਕਿੰਨੇ ਨੰਬਰ ਭਾਜੀ? 5 of 5। 5 of 5 ਬਾਈ, ਸਿਰਾ ਮੂਵੀ। ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਭਾਈ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਲੱਗੀ ਫਿਲਮ ਤੁਹਾਨੂੰ? ਬਹੁਤ ਸੋਹਣੀ, ਬਹੁਤ ਵਧੀਆ। ਤੇ ਸਭ ਤੋਂ ਵਧੀਆ ਕੀ ਲੱਗਾ ਇਸ ਫਿਲਮ ਦੇ ਵਿੱਚ? ਸਾਰਾ ਕੁਝ ਬਹੁਤ ਵਧੀਆ ਸੀਗਾ। ਠੀਕ ਹੈ ਜੀ, ਤੇ ਕਿੰਨੇ ਨੰਬਰ ਦੋਗੇ ਇਸ ਫਿਲਮ ਨੂੰ? 5 of 5 ਤੁਸੀਂ? 5 of 5। ਬਹੁਤ ਬਹੁਤ ਧੰਨਵਾਦ ਜੀ। ਬਾਕੀ ਇਹ ਫਿਲਮ ਕਿੱਦਾਂ ਦੀ ਹੈ, ਇਹ ਜਿੰਨੀ ਆਡੀਅੰਸ ਨਿਕਲ ਰਹੀ ਹੈ ਥੀਏਟਰ 'ਚ ਬਾਹਰ, ਇਹਨੂੰ ਦੇਖ ਕੇ ਤੁਸੀਂ ਆਈਡੀਆ ਲਗਾ ਸਕਦੇ ਹਾਂ ਕਿ ਫਿਲਮ ਕਿੰਨੀ ਸੁਪਰ ਡੁਪਰ ਹਿੱਟ ਗਈ ਹੈ। ਇੱਕ ਵਾਰੀ ਨਿਗਾਹ ਮਾਰੋ। ਅਤੇ ਆਪਾਂ ਦੇਖ ਕੇ ਆਏ ਫਿਲਮ, ਹੁਣ ਲਾਈਏ ਜੇ ਯਾਰੀਆਂ। ਅਤੇ ਫਿਲਮ ਤਾਂ ਬਾ ਕਮਾਲ ਜੀ, ਚਾਹੇ ਫਿਲਮ ਦੀ ਕਹਾਣੀ ਆ, ਚਾਹੇ ਐਕਟਿੰਗ ਆ, ਅਤੇ ਚਾਹੇ ਹੈਗੀ ਡਾਇਰੈਕਸ਼ਨ, ਸਾਰੇ ਕੰਮ ਮੈਂ ਕਹਿੰਦਾ ਜੀ ਫੱਟੇ ਚੱਕੇ ਪਏ ਆ। ਰਿਦਮ ਬੋਇਜ਼ ਇੰਟਰਟੇਨਮੈਂਟ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਥੀਏਟਰ ਵਿੱਚ ਪੂਰੀਆਂ ਸੀਟੀਆਂ ਤਾੜੀਆਂ ਵੱਜੀਆਂ ਜੀ। ਬਹੁਤ ਸੋਹਣੀ ਫਿਲਮ ਆ, ਚਾਹੇ ਉਹ ਸੀਗੀ ਕੌਮੇਡੀ, ਚਾਹੇ ਸੀਗੀ ਫਿਲਮ ਦੀ ਕਹਾਣੀ, ਹਰ ਇੱਕ ਰੰਗ ਨੂੰ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਆ। YGTV ਇਸ ਫਿਲਮ ਨੂੰ ਦਿੰਦਾ ਆ ਜੀ 5 of 5 ਸਟਾਰ। ਅਤੇ ਤੁਸੀਂ ਵੀ ਆਪਣੇ ਨਜ਼ਦੀਕੀ ਸਿਨੇਮਾਘਰਾਂ ਵਿੱਚ ਪਹੁੰਚੋ ਅਤੇ ਦੇਖੋ ਇਸ ਫਿਲਮ ਨੂੰ, ਕਿਉਂਕਿ ਫਿਲਮ ਫੈਮਿਲੀ ਫਿਲਮ ਆ ਜੀ, ਇੰਟਰਟੇਨਮੈਂਟ ਦਾ ਪਿਟਾਰਾ ਭਰ ਕੇ ਆ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।